ਇਹ ਤਸਵੀਰਾਂ ਜੋ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਬਠਿੰਡਾ ਜ਼ਿਲ੍ਹਾ ਦੇ ਪਿੰਡ ਵਿਰਖੁਰ ਦੀਆਂ ਨੇ, ਜਿੱਥੋਂ ਸਰਪੰਚੀ ਦੀ ਚੋਣ ਮਨਜੀਤ ਕੌਰ ਨੇ ਜਿੱਤੀ ਹੈ। ਸਵੇਰੇ ਸਰਪੰਚ ਮਨਜੀਤ ਕੌਰ ਦੇ ਸਮਰਥਕਾਂ ਵੱਲੋਂ ਪੂਰੇ ਪਿੰਡ ਵਿੱਚ ਢੋਲ ਢਮੱਕੇ ਨਾਲ ਘਰ ਘਰ ਜਾ ਕੇ ਧੰਨਵਾਦੀ ਦੌਰਾ ਕੀਤਾ ਗਿਆ। ਜਿਸ ਦੇ ਚੱਲਦਿਆਂ ਲੋਕਾਂ ਵੱਲੋਂ ਪੂਰੀ ਪੰਚਾਇਤ ਦੇ ਗਲਾਂ ਵਿੱਚ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਅਤੇ ਨੱਚ ਕੇ ਖੁਸ਼ੀ ਵੀ ਜ਼ਾਹਰ ਕੀਤੀ ਗਈ। ਇਸ ਤੋਂ ਇਲਾਵਾ ਮਨਜੀਤ ਕੌਰ ਦੇ ਸਮਰਥਕਾਂ ਅਤੇ ਆਮ ਵੋਟਰਾਂ ਵੱਲੋਂ ਉਹਨਾਂ ਨੂੰ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਲੱਡੂਆਂ, ਕਿੱਲੂਆਂ ਅਤੇ ਗੁਲਾਬ ਜਾਮਣਾਂ ਨਾਲ ਤੋਲਿਆ ਗਿਆ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਡੀ ਨਿਊਜ਼ ਪੰਜਾਬ। ਮੈਂ ਤੁਹਾਡਾ ਹੋਸਟ ਅਤੇ ਦੋਸਤ ਦਿਲਬਾਗ ਜ਼ਖਮੀ। ਅੱਜ ਅਸੀਂ ਪਹੁੰਚੇ ਹਾਂ ਪਿੰਡ ਵਿਰਖੁਰਦ, ਜਿੱਥੇ ਪੂਰਾ ਜਸ਼ਨ ਦਾ ਮਾਹੌਲ ਹੈ। ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤਸਵੀਰਾਂ ਜਿਹੜੀਆਂ, ਇੱਥੇ ਬੀਬੀ ਮਨਜੀਤ ਕੌਰ ਸਰਪੰਚ ਬਣੇ ਨੇ, ਉਹਨਾਂ ਦਾ ਜਿਹੜਾ ਕਾਫਲਾ ਲੋਕਾਂ ਨੂੰ ਧੰਨਵਾਦ ਕਰ ਰਿਹਾ, ਘਰੋਂ ਘਰ ਜਾ ਕੇ ਧੰਨਵਾਦੀ ਦੌਰਾ ਕੀਤਾ ਜਾ ਰਿਹਾ। ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਵਧਾਈਆਂ ਜੀ ਤੁਹਾਨੂੰ ਸਭ ਤੋਂ ਪਹਿਲਾਂ ਤਾਂ। ਸਾਰਿਆਂ ਦੇ ਕਿਵੇਂ ਲੱਗ ਰਿਹਾ ਜੀ ਸਰਪੰਚ ਬਣਨ ਤੋਂ ਬਾਅਦ? ਸਾਨੂੰ ਬਹੁਤ ਵਧੀਆ ਲੱਗਦਾ ਜੀ। ਸਾਰੇ ਪਿੰਡ ਦਾ, ਪਹਿਲੇ ਸਾਰੇ ਨਗਰ ਦਾ ਧੰਨਵਾਦ ਕਰਦੇ ਹਾਂ ਅਸੀਂ। ਸਾਰਿਆਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ, ਗਰੀਬ ਜਨਤਾ ਸਾਡੇ ਨਾਲ ਖੜੀ ਆ। ਸਾਰਿਆਂ ਦਾ ਅਸੀਂ ਪਹਿਲ ਦੇ ਆਧਾਰ 'ਤੇ ਕੰਮ ਕਰਾਂਗੇ। ਜੋ ਵੀ ਕਿਸੇ ਤਕਲੀਫ ਦੁੱਖ ਆ ਸਭ ਸਾਰਿਆਂ ਦੀ ਸੁਣੀ ਜਾਊਗੀ। ਜੋ ਕੋਈ ਪ੍ਰੋਬਲਮ ਆ ਉਹ ਅਸੀਂ ਪਹਿਲ ਦੇ ਆਧਾਰ 'ਤੇ ਉਹਨਾਂ ਦਾ ਹੱਲ ਕਰਾਂਗੇ। ਬਾਕੀ ਅਸੀਂ ਲੋਕਾਂ ਦਾ ਧੰਨਵਾਦ ਕਰਾਂ ਜਿਹਨਾਂ ਨੇ ਸਾਡੇ ਗਲਾਂ 'ਚ ਹਾਰ ਪਵਾਏ ਆ। ਇਹ ਸਨ ਸਰਪੰਚ ਮਨਜੀਤ ਕੌਰ ਜੀ ਪਿੰਡ ਵਿਰਖੁਰ ਤੋਂ, ਜਿੱਥੇ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ। ਇਹਨਾਂ ਦਾ ਕਹਿਣਾ ਕਿ ਅਸੀਂ ਪੂਰੇ ਤਨ ਮਨ ਨਾਲ ਪਿੰਡ ਦੀ ਸੇਵਾ ਕਰਾਂਗੇ। ਦਿਲਬਾਗ ਜ਼ਖਮੀ ਦੇ ਨਾਲ ਸਿੰਦਰਪਾਲ ਸਿੰਘ, ਖਾਲਸਾ ਡੀ ਨਿਊਜ਼ ਬਠਿੰਡਾ।